ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ, ਅੱਜ ਆਪਾਂ ਪਹੁੰਚੇ ਹਾਂ ਬਠਿੰਡਾ ਏਜੰਸੀ ਨਿਊ ਹੋਲੈਂਡ ਗੁਰੂ ਕਿਰਪਾ ਇੰਟਰਪ੍ਰਾਈਜ਼। ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ 36 ਸੁਪਰ 50 HP। ਸਭ ਤੋਂ ਪਹਿਲਾਂ ਇਹਦਾ ਲੁੱਕ ਦੇਖੋ, ਸੁਪਰ ਦਾ ਸਟਿੱਕਰ ਲੱਗਾ ਹੋਇਆ ਹੁੰਦਾ, 3 ਸਿਲੰਡਰ ਮਾਈਕੋ ਬੋਸ਼ ਦਾ ਪੰਪ ਲੱਗਾ ਹੋਇਆ, 50 HP 'ਚ ਨੌਨ ਟਰਬੋ, ਸਟੀਅਰਿੰਗ ਦਾ ਓਇਲ ਡੱਬਾ ਲੱਗਾ ਹੋਇਆ, ਤੇਲ ਵਾਲੀਆਂ ਬ੍ਰੇਕਾਂ, ਲੈਫਟ ਲੀਵਰ ਡਿਸਟ੍ਰੀਬਿਊਟਰ ਨਾਲ ਲੱਗਾ ਹੋਇਆ ਹੁੰਦਾ, 16x28 ਦੇ ਟਾਇਰ ਆ ਜੀ। ਅਗਲੇ ਟਾਇਰ 7x50x16 ਦੇ ਆ ਜੀ। ਸਿੰਗਲ ਪਾਵਰ ਐਕਟਿਵ ਸਟੇਅਰਿੰਗ ਹੈ, 50 HP ਪਲੱਸ ਦੇ ਵਿੱਚ ਇਹ ਆਉਂਦਾ ਜੀ। ਏਅਰ ਕਲੀਨਰ ਦੇ ਤੇਲ ਵਾਲਾ ਲੱਗਾ ਹੋਇਆ ਜੀ। ਅਗਲੇ ਪਾਸੇ ਕੰਪਨੀ ਵੱਲੋਂ ਫਿੱਟਡ ਵੇਟ ਆ ਰਿਹਾ ਜੀ 40 ਕਿਲੋ ਦਾ। ਅਲਟੀਨੇਟਰ ਲੱਗਾ ਹੋਇਆ, ਇੰਜਨ ਓਇਲ ਵਾਲਾ ਫਿਲਟਰ ਬਹੁਤ ਛੋਟੇ ਸਾਈਜ਼ 'ਚ ਲੱਗਾ ਹੋਇਆ। ਡਬਲ ਕਲੱਚ ਹੈ ਜੀ, IPDO ਕਲੱਚ ਇੰਡੀਪੈਂਡੈਂਟ, ਹਾਈ ਸਪੀਡ ਟਰੈਕਟਰ ਹੈ ਜੀ ਇਹ। ਮੀਟਰ ਦੇਖੋ ਜੀ, ਹਾਈ ਲੋ ਮੀਡੀਅਮ ਚ ਆਉਂਦਾ ਜੀ ਇਹ। ਸੈਂਸੋਮੈਟਿਕ ਲਿਫਟ ਆਈ, ਡੀਲਕਸ ਸੀਟ ਲੱਗੀ ਹੋਈ ਹੈ, ਇਹ ਨੇ ਲਿਫਟ ਦੇ ਸੈਂਸਿੰਗ ਪੁਆਇੰਟ, ਇਹ PDO ਦਾ ਲੀਵਰ ਹੈ ਜੀ, ਰਿਵਰਸ PDO ਹੈ ਜੀ ਇਹ। ਪਿੱਛੇ ਤੋਂ ਲੁੱਕ ਜੀ, ਬੋਤਲ ਹੋਲਡਰ ਲੱਗਾ ਹੋਇਆ, ਅਠਾਰਾਂ ਕੁਇੰਟਲ ਦੀ ਲਿਫਟ ਕਪੈਸਿਟੀ ਹੈ, 5 ਕੁਇੰਟਲ ਦੀ ਰੈਮ ਨਾਲ ਵੱਧ ਜਾਂਦੀ ਹੈ, 23 ਕੁਇੰਟਲ ਦੀ ਕੁੱਲ ਲਿਫਟ ਕਪੈਸਿਟੀ ਹੈ। ਹੁੱਕ ਲੱਗੀ ਹੋਈ ਹੈ, ਡਬਲ ਵਾਲਵ ਡਿਸਟ੍ਰੀਬਿਊਟਰ ਲੱਗਾ ਹੋਇਆ ਹੈ, ਥ੍ਰੀ ਪੁਆਇੰਟ ਲਿੰਕੇਜ ਲੱਗੀ ਹੋਈ ਹੈ, ਬੈਕ ਲਾਈਟ, ਨੰਬਰ ਪਲੇਟ ਲਈ ਨੰਬਰ ਪਲੇਟ ਲੱਗੀ ਹੋਈ ਹੈ, ਬਹੁਤ ਸੋਹਣੀ ਲੁੱਕ ਆ ਜੀ। 50 HP 'ਚ ਆਉਂਦਾ ਜੀ ਇਹ। ਅੱਜ ਦੀ ਵੀਡੀਓ 'ਚ ਇੰਨਾ ਜੀ।